कैबिनेट मंत्री अमन अरोड़ा साढ़े नाल ने। अरोड़ा साहब, विधानसभा दे विच गहमा गहमी भी देखने को मिली, पर अज एक वक्री तस्वीर सी कि सिद्धू मूसेवाला दे माता पिता हत्थां च तख्तियां लैके विधानसभा पहुँच गए कि साढ़े पुत्र नूं इंसाफ दो। ये नौबत क्यों आई? ज हालांकि जब देखा जाता है तो कहा जाता है कि 29 लोग जिहड़े फड़ लए गए ने, पर वह विधानसभा तक पहुँच गए। देखो, इस तरह है कि सिद्धू मूसेवाले जी के माता पिता का दर्द है जिहड़ा, वह अथाह असह ते अकह है। मैं उन्होंने इतने आने को गलत नहीं कहता, मैं समझता कि उन्होंने हक है, उन्होंने फर्ज है कि वह आपके पुत के लिए हक ने जिहड़े उदा जिहड़ा उन्हां दी जान ले ली गई उदा हक सरकार तो मंगने कोई गलत नहीं है। पर सवाल यह है भी सरकार जिन्ना कर सकती सी, जिन्ने गुनाहगार सीगे उन्हां दे विच्चों तकरीबन 90% नूं फड़ लिया गया जां एलीमिनेट कर दिता गया। जिहड़े दो तीन रहिंदे भी ने वह बाहरले मुल्कां दे विच बैठे ने, उन्हां दी एक्सट्रैडिशन का काम है जिहड़ा वह चल रहा है। सो इस तों वध सरकार होर की कर सकती है? पर फिर भी मैं उन्हां दे दर्द ਨੂੰ ਆਪਦਾ ਦਰਦ ਮਹਿਸੂਸ ਕਰਦੇ ਹੋਏ ਮੈਂ ਕਹਿਣਾ ਚਾਹੁੰਦਾ ਕਿ ਉਹ ਬਿਲਕੁਲ ਭਗਵੰਤ ਮਾਨ ਜੀ ਦੀ ਸਰਕਾਰ ਦੇ ਉੱਪਰ ਪੂਰਨ ਵਿਸ਼ਵਾਸ ਰੱਖਣ। ਜਿਹੜਾ ਕੋਈ ਇੱਕ ਵੀ ਵਿਅਕਤੀ ਚਾਹੇ ਦੁਨੀਆ ਦੀ ਜਿਹੜੀ ਮਰਜ਼ੀ ਖੱਡ ਦੇ ਵਿੱਚ ਲੁਕਿਆ ਹੋਇਆ ਉਹਨੂੰ ਅਸੀਂ ਬਖਸ਼ਾਂਗੇ ਨਹੀਂ। ਪਰ ਹੋੜਾ ਸਾਹਿਬ ਉਹ ਕਹਿੰਦੇ ਮੈਂ ਬਾਈ ਨੇਮ ਨਾਮ ਲਿਖਾਏ ਹੋਏ ਐਫ ਆਈ ਆਰ ਦੇ ਵਿੱਚ, ਫਿਰ ਕਾਰਵਾਈ ਕਿਉਂ ਨਹੀਂ ਹੁੰਦੀ? ਉਹਨਾਂ ਨੂੰ ਬੁਲਾ ਕੇ ਚਾਹ ਪਿਲਾ ਕੇ ਛੱਡ ਦਿੱਤਾ ਜੀ? ਨਹੀਂ ਦੇਖੋ, ਇਹ ਤਾਂ ਨਹੀਂ ਮੈਂ ਕਹਿ ਸਕਦਾ ਹੈਗਾ, ਨਾ ਮੈਨੂੰ ਉਹਨਾਂ ਨਾਮਾਂ ਦਾ ਪਤਾ ਹੈ ਅਤੇ ਨਾ ਹੀ ਇਹ ਪਤਾ ਵੀ ਉਹਨਾਂ ਨੇ ਕਿਹਨੂੰ ਨਾਮ ਦਿੱਤੇ ਨੇ ਅਤੇ ਕਿਹੜਾ ਚਾਹ ਪਿਆ ਕੇ ਛੱਡ ਦਿੰਦਾ। ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਇਹਦੇ ਬਾਰੇ ਮੈਨੂੰ ਨਹੀਂ ਪਤਾ, ਮੈਨੂੰ ਤੁਹਾਡੇ ਸਵਾਲ ਤੋਂ ਪਹਿਲੀ ਵਾਰੀ ਸੁਣਨ ਨੂੰ ਮਿਲ ਰਿਹਾ ਹੈ। ਜਿਹੜਾ ਵੀ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ, ਦੋਸ਼ੀ ਪਾਇਆ ਜਾਊਗਾ, ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ, ਚਾਹੇ ਕੋਈ ਇੱਥੇ ਬੈਠਾ ਚਾਹੇ ਸੱਤ ਸਮੁੰਦਰ ਪਾਰ ਬੈਠਾ, ਉਹ ਨਹੀਂ ਬਖਸ਼ਿਆ ਜਾਊਗਾ। ਪਰ ਦੋਸ਼ੀ ਨੂੰ ਵੀ ਕਿਸੇ ਨੂੰ ਨਹੀਂ ਇੰਪਲੀਕੇਟ ਕਰਨਾ ਚਾਹੀਦਾ, ਮੈਂ ਮੰਨ ਕੇ ਚੱਲਦਾ। ਪਰ ਉਹਨਾਂ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤ ਨਾਥ ਨੂੰ ਕੋਟ ਕਰਦੇ ਕਿਹਾ, ਕਹਿੰਦੇ ਜਿਵੇਂ ਗੈਂਗਸਟਰਾਂ 'ਤੇ ਯੂਪੀ 'ਚ ਕਾਰਵਾਈ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਉਹ ਮੈਥਡ ਕਿਉਂ ਨਹੀਂ ਇੰਪਲੀਮੈਂਟ ਕਰਿਆ ਜਾਂਦਾ? ਹੋ ਨਹੀਂ ਰਿਹਾ ਹੁਣ। ਆ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਗੈਂਗਸਟਰਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪੁਲਿਸ ਦੇ ਉੱਪਰ ਫਾਇਰ ਖੋਲਿਆ ਅਤੇ ਨਾਲ ਦੀ ਨਾਲ ਉਹ ਐਲੀਮੀਨੇਟ ਹੋ ਗਏ। ਸਿੱਧੂ ਮੂਸੇਵਾਲੇ ਦੇ ਹੀ ਜਿਹੜੇ ਦੋ ਦੋਸ਼ੀ ਸੀਗੇ, ਕਾਤਲ ਸੀਗੇ ਮੰਨਾ ਅਤੇ ਇੱਕ ਸ਼ਾਇਦ ਹੋਰ ਕੀ ਨਾਂ ਸੀ ਉਹਦਾ, ਉਹ ਵੀ ਪੁਲਿਸ ਨੇ ਐਲੀਮੀਨੇਟ ਕੀਤੇ ਨੇ। ਦੇਖੋ, ਗੱਲ ਇਹ ਹੈ ਕਿ ਉਹ ਜੋ ਵੀ ਕਹਿੰਦੇ ਨੇ ਉਹ ਉਹਨਾਂ ਦੀ ਸਮਝ ਮੁਤਾਬਕ ਹੈ, ਪਰ ਕਿਸੇ ਫੇਕ ਇਨਕਾਊਂਟਰ ਜੇ ਯੂਪੀ ਦੇ ਵਿੱਚ ਹੋ ਰਹੇ ਨੇ ਉਹ ਤਾਂ ਨਹੀਂ ਨਾ ਅਸੀਂ ਕਰਨੇ ਹੈਗੇ, ਉਹ ਤਾਂ ਹਿਊਮਨ ਰਾਈਟਸ ਵਾਲੇ। ਲਾਸਟੀ ਸਵਾਲ ਹੈ, ਜੇ ਦੇਖਿਆ ਜਾਵੇ ਸੁਖਪਾਲ ਖਹਿਰਾ, ਸੁਖਪਾਲ ਸਿੰਘ ਖਹਿਰਾ ਕਾਫੀ ਟੈਂਪਰੇਚਰ ਹਾਈ ਰਹਿੰਦਾ ਉਹਨਾਂ ਦਾ, ਉਹ ਕਹਿੰਦੇ ਅਸੀਂ ਮੁੱਖ ਮੰਤਰੀ ਜਦ ਅੰਦਰ ਆਉਣਗੇ ਤਾਂ ਅਸੀਂ ਅੰਦਰ ਨਹੀਂ ਆਉਣਾ। ਦੇਖੋ, ਉਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ, ਅੰਦਰ ਆਉਣ ਬਾਹਰ ਜਾਣ ਚ ਘਰੇ ਬੈਠਣ 'ਚ ਮੈਂ ਕੀ ਕਰ ਸਕਦਾ। ਉਹਨਾਂ ਦਾ ਟੈਂਪਰੇਚਰ ਤਾਂ ਹਾਈ ਹੋ ਰਹਿੰਦਾ ਹੈ, ਜਦੋਂ ਪੰਜਾਬ ਦੇ ਮੁੱਦੇ ਦੀ ਗੱਲ ਆਉਂਦੀ ਹੈ ਉਹ ਆਪਦੀ ਗੱਲ ਛੇੜ ਕੇ ਖੜ ਜਾਂਦੇ ਨੇ। ਅੱਜ ਹਰਜੋਤ ਬੈਂਸ ਦੇ ਨਾਲ ਵੀ ਕਿਵੇਂ ਉਹਨਾਂ ਦਾ ਟਵੀਟ ਵੀ ਉਹਨਾਂ ਦਾ ਸਟੈਂਡ ਵੀ ਕਿਵੇਂ ਗਲਤ ਸਾਬਤ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ। ਸੋ ਕੈਬਨਿਟ ਮੰਤਰੀ ਅਮਨ ਅਰੋੜਾ ਕਹਿੰਦੇ ਫੇਕ ਇਨਕਾਊਂਟਰਸ ਨਹੀਂ ਕੀਤੇ ਜਾ ਸਕਦੇ, ਅਗਰ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਜਾਂਦਾ ਤਾਂ ਉਸ 'ਤੇ ਕਾਰਵਾਈ ਹੋਊਗੀ। ਅਗਰ ਯੂਪੀ 'ਚ ਕਹਿੰਦੇ ਫੇਕ ਇਨਕਾਊਂਟਰਸ ਹੁੰਦੇ ਨੇ ਤਾਂ ਅਸੀਂ ਕਿਵੇਂ ਇੰਪਲੀਮੈਂਟ ਕਰੀਏ? ਪਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਇਨਸਾਫ ਜ਼ਰੂਰ ਦਿਵਾਇਆ ਜਾਊਗਾ। ਕੈਮਰਾਮੈਨ ਜਸ਼ਨ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ, ਪੰਜਾਬੀ।